ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰ ਹਾਂ ਇੱਕ ਵਾਰ ਫਿਰ ਸਮਾਜਿਕ ਸਿੱਖਿਆ ਦੇ 30 ਹੋਰ ਮਹੱਤਵਪੂਰਨ ਪ੍ਰਸ਼ਨ ਆਪ ਸਭ ਦੇ ਲਈ। ਸਭ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਸਾਡਾ ਆਉਣ ਵਾਲਾ ਹਰੇਕ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਵੇ। ਉਸ ਲਈ ਘੰਟੀ ਵਾਲੇ ਬਟਨ ਨੂੰ ਪ੍ਰੈਸ ਜ਼ਰੂਰ ਕਰੋ। ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਇਸ ਦੇ ਅਭਿਆਸ ਟੈਸਟ ਦਾ ਇੱਕ ਲਿੰਕ ਵੀ ਸੈਂਡ ਕੀਤਾ ਜਾਵੇਗਾ ਗੂਗਲ ਫਾਰਮ ਰਾਹੀਂ, ਜੋ ਤੇ ਤੁਸੀਂ ਆਪਣਾ ਅਭਿਆਸ ਟੈਸਟ ਵੀ ਕਰ ਸਕਦੇ ਹੋ। ਟੈਸਟ ਤੋਂ ਤੁਰੰਤ ਬਾਅਦ ਹੀ ਤੁਹਾਨੂੰ ਜਿਹੜੇ ਤੁਹਾਡੇ ਮਾਰਕਸ ਆ, ਸਕੋਰ ਆ, ਉਹ ਨਾਲ ਦੀ ਨਾਲ ਹੀ ਪਤਾ ਚੱਲ ਜਾਣਗੇ। ਇਸ ਨੂੰ ਤੁਸੀਂ ਅੱਗੇ ਧੋ ਕੇ ਹੋਰ ਵੀ ਆਪਣੇ ਫਰੈਂਡ ਸਰਕਲ ਦੇ ਵਿੱਚ ਇੱਕ ਮੁਕਾਬਲੇ ਦੀ ਤਰ੍ਹਾਂ ਸੈਂਡ ਕਰਕੇ ਵੀ ਇਸ ਨੂੰ ਲੈ ਸਕਦੇ ਹੋ ਕਿ ਕਿਸ ਦੇ ਕਿੰਨੇ ਨੰਬਰ ਆਉਂਦੇ ਹਨ। ਚਲੋ ਜੀ ਸ਼ੁਰੂ ਕਰਦੇ ਹਾਂ ਅੱਜ ਦਾ ਜਿਹੜਾ ਪਹਿਲਾ ਪ੍ਰਸ਼ਨ ਹੈ ਸਾਡਾ। ਭਾਰਤੀ ਇਤਿਹਾਸਕਾਰਾਂ ਨੇ ਭਾਰਤ ਦੇ ਇਤਿਹਾਸ ਨੂੰ ਕਿੰਨੇ ਕਾਲਾਂ ਵਿੱਚ ਵੰਡਿਆ? ਯਾਨੀ ਕਿ ਭਾਰਤ ਦੇ ਇਤਿਹਾਸਕਾਰਾਂ ਨੇ ਦੁਨੀਆ ਦੇ ਇਤਿਹਾਸ ਨੂੰ ਜਿਵੇਂ 3 ਕਾਲਾਂ ਦੇ ਵਿੱਚ ਵੰਡਿਆ ਗਿਆ, ਆਧੁਨਿਕ, ਪ੍ਰਾਚੀਨ, ਮੱਧਕਾਲੀਨ ਅਤੇ ਆਧੁਨਿਕ, ਉਸੇ ਤਰ੍ਹਾਂ ਹੀ ਭਾਰਤੀ ਇਤਿਹਾਸਕਾਰਾਂ ਨੇ ਵੀ ਭਾਰਤ ਦੇ ਜਿਹੜਾ ਇਤਿਹਾਸ ਹੈ ਇਸ ਨੂੰ 3 ਕਾਲਾਂ ਦੇ ਵਿੱਚ ਵੰਡਿਆ ਹੈ ਜੀ। ਪ੍ਰਾਚੀਨ ਕਾਲ, ਮੱਧਕਾਲੀਨ ਔਰ ਆਧੁਨਿਕ ਕਾਲ। ਪ੍ਰਸ਼ਨ ਨੰਬਰ 2 ਦੇ ਵਿੱਚ ਹੈ, ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ? ਹੁਣ ਆਧੁਨਿਕ ਕਾਲ ਦਾ ਜਿਹੜਾ ਭਾਰਤ ਦੇ ਵਿੱਚ ਆਰੰਭ ਕਦੋਂ ਹੋਇਆ ਤਾਂ ਇਸਦਾ ਸਹੀ ਉੱਤਰ ਹੈ ਜੀ 18ਵੀਂ ਸਦੀ ਦੇ ਵਿੱਚ ਭਾਰਤ ਦੇ ਵਿੱਚ ਜਿਹੜਾ ਆਧੁਨਿਕ ਕਾਲ ਦਾ ਆਰੰਭ ਹੋਇਆ। ਪ੍ਰਸ਼ਨ ਨੰਬਰ 3 ਦੇ ਵਿੱਚ ਹੈ, ਯੂਰਪ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ? ਹੁਣ ਯੂਰਪ ਦੇ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ? 15ਵੀਂ ਸਦੀ, 16ਵੀਂ ਚ, 18ਵੀਂ ਚ ਜਾਂ 20ਵੀਂ ਸਦੀ ਦੇ ਵਿੱਚ? ਤਾਂ ਇਸਦਾ ਸਹੀ ਉੱਤਰ ਹੈ ਜੀ 16ਵੀਂ ਸਦੀ ਦੇ ਵਿੱਚ ਜਿਹੜਾ ਯੂਰਪ ਦੇ ਵਿੱਚ ਆਧੁਨਿਕ ਕਾਲ ਦਾ ਆਰੰਭ ਹੋਇਆ। ਇਹੀ ਕਾਰਨ ਹੈਗਾ ਜਿਹੜੇ ਯੂਰਪੀ ਦੇਸ਼ ਆ, ਜੋ ਯੂਰਪੀ ਕੰਟਰੀਆਂ, ਉਹ ਸਾਡੇ ਨਾਲੋਂ ਇੰਨਾ ਅੱਗੇ, ਕਿਉਂ? ਕਿਉਂਕਿ 2 ਸਦੀਆਂ ਪਹਿਲਾਂ ਹੀ ਉੱਥੇ ਜਿਹੜਾ ਆਧੁਨਿਕ ਕਾਲ ਦਾ ਆਰੰਭ ਹੋ ਗਿਆ ਸੀ ਅਤੇ ਸਾਡੇ ਬਾਅਦ ਵਿੱਚ। ਪ੍ਰਸ਼ਨ ਨੰਬਰ 4 ਦੇ ਵਿੱਚ, ਸਭ ਤੋਂ ਪਹਿਲਾਂ ਨਿਜ਼ਾਮ ਉਲ ਮੁਲਕ ਨੇ ਕਦੋਂ ਅਤੇ ਕਿਸ ਸੁਤੰਤਰ ਰਾਜ ਦੀ ਨੀਂਹ ਰੱਖੀ? ਅਤੇ ਇਸਦਾ ਸਹੀ ਉੱਤਰ ਜੀ 1724 ਈਸਵੀ ਦੇ ਵਿੱਚ ਹੈਦਰਾਬਾਦ ਦੇ ਵਿੱਚ। ਇਸ ਕੁਸ਼ਚਨ ਬਾਰੇ ਥੋੜ੍ਹਾ ਜਿਹਾ ਦੱਸ ਦੇਵਾਂ। ਸੁਤੰਤਰ ਰਾਜ ਦੀ ਨੀਂਹ ਮਤਲਬ ਵੀ ਜਦੋਂ ਮੁਗਲ ਸ਼ਾਸਨ ਦਾ ਅੰਤ ਹੋਇਆ ਤਾਂ ਬਹੁਤ ਸਾਰੀਆਂ ਜਿਹੜੀਆਂ ਰਿਆਸਤਾਂ ਸੀਗੀਆਂ, ਬਹੁਤ ਸਾਰੇ ਛੋਟੇ ਛੋਟੇ ਰਾਜ ਸੀਗੇ ਜਿਨ੍ਹਾਂ ਨੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰਨਾ ਸ਼ੁਰੂ ਕਰ ਦਿੱਤਾ, ਤਾਂ ਹੌਲੀ ਹੌਲੀ ਉਹਨਾਂ ਨੇ ਆਪਣੇ ਸੁਤੰਤਰ ਰਾਜ ਸਥਾਪਿਤ ਕਰ ਲਏ। ਤਾਂ ਉਸ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਸ ਰਾਜ ਨੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕੀਤਾ, ਨਿਜ਼ਾਮ ਉਲ ਮੁਲਕ ਦੁਆਰਾ ਜਿਹੜਾ ਸੁਤੰਤਰ ਰਾਜ ਦੀ ਨੀਂਹ ਰੱਖੀ ਗਈ 1724 ਈਸਵੀ ਦੇ ਵਿੱਚ ਹੈਦਰਾਬਾਦ ਦੇ ਵਿੱਚ। ਠੀਕ ਹੈ ਜੀ। ਪ੍ਰਸ਼ਨ ਨੰਬਰ 25 ਦੇ ਵਿੱਚ, ਟੀਪੂ ਸੁਲਤਾਨ ਦੇ ਪਿਤਾ ਦਾ ਕੀ ਨਾਮ ਸੀ? ਇਸਦਾ ਸਹੀ ਉੱਤਰ ਜੀ ਹੈਦਰ ਸੋਰੀ ਪ੍ਰਸ਼ਨ ਨੰਬਰ 5 ਦੇ ਵਿੱਚ ਹੈ ਜੀ ਹੈਦਰ ਅਲੀ। ਟੀਪੂ ਸੁਲਤਾਨ ਦੇ ਪਿਤਾ ਦਾ ਨਾਮ ਕੀ ਸੀਗਾ? ਹੈਦਰ ਅਲੀ। ਪ੍ਰਸ਼ਨ ਨੰਬਰ 6 ਦੇ ਵਿੱਚ ਜੀ, ਭਾਰਤ ਵਿੱਚ ਆਉਣ ਵਾਲੀ ਯੂਰਪੀ ਸ਼ਕਤੀ ਕਿਹੜੀ ਸੀ? ਪੁਰਤਗਾਲੀ, ਫਰਾਂਸੀਸੀ, ਅੰਗਰੇਜ਼, ਡੱਚ? ਉਪਰੋਕਤ ਸਾਰੇ, ਤਾਂ ਇਸਦਾ ਸਹੀ ਉੱਤਰ ਹੈਗਾ ਉਪਰੋਕਤ ਸਾਰੇ। ਇਹ ਸਾਰੀਆਂ ਸ਼ਕਤੀਆਂ ਹੀ ਭਾਰਤ ਵਿੱਚ ਆਈਆਂ, ਜਿਨ੍ਹਾਂ ਨੇ ਆ ਕੇ ਆਪਣੀਆਂ ਆਪਣੀਆਂ ਕੰਪਨੀਆਂ, ਆਪਣੀਆਂ ਆਪਣੀਆਂ ਬਸਤੀਆਂ ਸਥਾਪਿਤ ਕੀਤੀਆਂ। ਪ੍ਰਸ਼ਨ ਨੰਬਰ 7 ਦੇ ਵਿੱਚ ਜੀ, ਹੇਠ ਲਿਖੇ ਆਧੁਨਿਕ ਭਾਰਤੀ ਇਤਿਹਾਸ ਦੇ ਸਰੋਤ ਕਿਹੜੇ ਹਨ? ਯਾਨੀ ਕਿ ਕਿਹੜੇ ਸਰੋਤ ਹਨ ਜੋ ਸਾਨੂੰ ਆਧੁਨਿਕ ਭਾਰਤੀ ਇਤਿਹਾਸ ਬਾਰੇ ਸਾਨੂੰ ਜਾਣਕਾਰੀ ਦਿੰਦੇ ਹਨ? ਪੁਸਤਕਾਂ, ਸਰਕਾਰੀ ਦਸਤਾਵੇਜ਼, ਅਖਬਾਰਾਂ, ਮੈਗਜ਼ੀਨਜ਼ ਅਤੇ ਰਸਾਲੇ, ਇਤਿਹਾਸਿਕ ਇਮਾਰਤਾਂ, ਚਿੱਤਰਕਾਰੀ ਅਤੇ ਬੁੱਤ? ਇਹ ਸਾਰੇ ਦੇ ਸਾਰੇ ਹੀ ਜਿਹੜੇ ਸਾਨੂੰ ਆਧੁਨਿਕ ਭਾਰਤੀ ਇਤਿਹਾਸ ਦੇ ਸਰੋਤ ਹਨ ਜੋ ਸਾਨੂੰ ਉਸ ਸਮੇਂ ਬਾਰੇ ਜਾਣਕਾਰੀ ਦਿੰਦੇ ਹਨ, ਤਾਂ ਇਸਦਾ ਸਹੀ ਉੱਤਰ ਆਏਗਾ ਜੀ ਉਪਰੋਕਤ ਸਾਰੇ ਹੀ। ਪ੍ਰਸ਼ਨ ਨੰਬਰ 8 ਦੇ ਵਿੱਚ ਹੈ ਜੀ, 1947 ਈਸਵੀ ਵਿੱਚ ਅਵਧ ਨੂੰ ਇੱਕ ਸੁਤੰਤਰ ਰਾਜ ਕਿਸ ਨੇ ਬਣਾਇਆ? ਹੈਦਰ ਅਲੀ, ਹੈਦਰ ਸ਼ਹਾਦਤ ਖਾਂ? ਤਾਂ ਇਸਦਾ ਸਹੀ ਉੱਤਰ ਆਏਗਾ ਜੀ ਸ਼ਹਾਦਤ ਖਾਂ ਦੁਆਰਾ ਜਿਹੜਾ 1947 ਵਿੱਚ ਅਵਧ ਨੂੰ ਸੁਤੰਤਰ ਰਾਜ ਘੋਸ਼ਿਤ ਕੀਤਾ ਗਿਆ। ਪ੍ਰਸ਼ਨ ਨੰਬਰ 9 ਦੇ ਵਿੱਚ, ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ 1744 ਤੋਂ ਲੈ ਕੇ 1763 ਵਿਚਕਾਰ ਕਰਨਾਟਕ ਦੇ ਕਿੰਨੇ ਯੁੱਧ ਹੋਏ? ਤਾਂ ਸਹੀ ਉੱਤਰ ਰਹੇਗਾ ਜੀ ਕੁੱਲ ਮਿਲਾ ਕੇ 3 ਯੁੱਧ ਹੋਏ ਸੀ ਕਰਨਾਟਕ ਦੇ ਜੀ। ਪ੍ਰਸ਼ਨ ਨੰਬਰ 10 ਵਿੱਚ, ਪੱਛਮੀ ਸਿੱਖਿਆ ਅਤੇ ਸਿਹਤ ਦੇ ਨਾਲ ਨਾਲ ਪੱਛਮੀ ਵਿਚਾਰਾਂ ਨੇ ਵੀ ਭਾਰਤੀਆਂ ਨੂੰ ਜਾਗਰਿਤ ਕੀਤਾ, ਕੀ ਇਹ ਕਥਨ ਸਹੀ ਹੈ ਵੀ ਪੱਛਮੀ ਸਿੱਖਿਆ ਨੇ, ਜਿੱਥੇ ਪੱਛਮੀ ਸਿੱਖਿਆ ਨੇ ਭਾਰਤੀਆਂ ਨੂੰ ਜਾਗਰੂਕਤਾ ਲੈ ਕੇ ਆਉਂਦੀ, ਪੱਛਮੀ ਸਾਹਿਤ ਨੂੰ ਪੜ੍ਹ ਕੇ ਭਾਰਤੀਆਂ ਵਿੱਚ ਜਾਗਰੂਕਤਾ ਆਈ, ਅਤੇ ਜਿਹੜੇ ਪੱਛਮੀ ਵਿਚਾਰ ਸੀ ਉਹਨਾਂ ਨੇ ਵੀ ਭਾਰਤੀਆਂ ਨੂੰ ਜਾਗਰਿਤ ਕੀਤਾ? ਹਾਂਜੀ, ਇਹ ਬਿਲਕੁਲ ਸਹੀ ਹੈ। ਵਿਚਾਰਾਂ ਦਾ ਵੀ ਭਾਰਤ ਦੇ ਜਿਹੜੀ ਮਾਨਸਿਕਤਾ, ਲੋਕਾਂ ਦੀ ਮਾਨਸਿਕਤਾ ਦੇ ਉੱਪਰ ਡੂੰਘਾ ਪ੍ਰਭਾਵ ਪਿਆ। ਪ੍ਰਸ਼ਨ ਨੰਬਰ 11 ਦੇ ਵਿੱਚ, 18ਵੀਂ ਸਦੀ ਵਿੱਚ ਭਾਰਤ ਵਿੱਚ ਕਿਹੜੀਆਂ ਨਵੀਆਂ ਸ਼ਕਤੀਆਂ ਉੱਭਰ ਕੇ ਸਾਹਮਣੇ ਆਈਆਂ? ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ, ਜਦ ਮੁਗਲ ਸ਼ਾਸਨ ਦਾ ਅੰਤ ਹੋਇਆ ਤਾਂ ਬਹੁਤ ਸਾਰੀਆਂ ਨਵੀਆਂ ਸ਼ਕਤੀਆਂ ਜਿਹੜੀਆਂ ਉੱਭਰ ਕੇ ਸਾਹਮਣੇ ਆਈਆਂ, ਜਿਨ੍ਹਾਂ ਨੇ ਆਪਣੀਆਂ ਆਪਣੀਆਂ ਛੋਟੇ ਛੋਟੇ ਰਾਜ ਜਿਹੜੇ ਸੁਤੰਤਰ ਘੋਸ਼ਿਤ ਕੀਤੇ। ਤਾਂ ਉਹਨਾਂ ਦੇ ਵਿੱਚ ਸੀ ਪਠਾਨ, ਰਾਜਪੂਤ, ਮਰਾਠੇ, ਸਿੱਖ, ਰੋਹਿਲੇ। ਇਹ ਸਾਰੀਆਂ ਹੀ ਸ਼ਕਤੀਆਂ ਉਸ ਸਮੇਂ ਉੱਭਰ ਕੇ ਸਾਹਮਣੇ ਆਈਆਂ, ਤਾਂ ਇਸਦਾ ਸਹੀ ਉੱਤਰ ਹੈਗਾ ਉਪਰੋਕਤ ਸਾਰੇ। ਕਿਉਂਕਿ 18ਵੀਂ ਸਦੀ ਵਿੱਚ ਭਾਰਤ ਵਿੱਚ ਕਿਹੜੀਆਂ ਨਵੀਆਂ ਸ਼ਕਤੀਆਂ ਉੱਭਰ ਕੇ ਸਾਹਮਣੇ ਆਈਆਂ, ਤਾਂ ਇਹ ਸਾਰੀਆਂ ਪਠਾਨ, ਰਾਜਪੂਤ, ਮਰਾਠੇ, ਸਿੱਖ ਅਤੇ ਰੋਹਿਲੇ। ਪ੍ਰਸ਼ਨ ਨੰਬਰ 12 ਵਿੱਚ, ਭਾਰਤ ਵਿੱਚ ਸਭ ਤੋਂ ਪਹਿਲਾਂ ਪਹੁੰਚਣ ਵਾਲਾ ਕਪਤਾਨ ਵਾਸਕੋ ਡੀ ਗਾਮਾ ਕੌਣ ਸੀ? ਯਾਨੀ ਕਿ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਤੱਟ ਦੇ ਉੱਪਰ ਪਹੁੰਚਿਆ ਵਾਸਕੋ ਡੀ ਗਾਮਾ, ਤਾਂ ਇਸਦਾ ਸਹੀ ਉੱਤਰ ਹੈਗਾ ਪੁਰਤਗਾਲੀ ਸੀਗਾ, ਪੁਰਤਗਾਲੀ ਕਪਤਾਨ ਵਾਸਕੋ ਡੀ ਗਾਮਾ। ਪ੍ਰਸ਼ਨ ਨੰਬਰ 13 ਦੇ ਵਿੱਚ, ਹੇਠ ਲਿਖੇ ਵਿੱਚ ਕਿਹੜੀ ਬਸਤੀ ਅੰਗਰੇਜ਼ਾਂ ਦੀ ਹੈ ਨਹੀਂ ਹੈ?
यानी कि अंग्रेजों ने साडे देश दे विच अलग अलग जगह पर अपनी बस्तियां स्थापित कीतियां, आगरा, सूरत, मुंबई, कलकत्ता, तो इन्हां विचों कि जो अंग्रेजों की नहीं है, तो इसका सही उत्तर है कोई नहीं, क्योंकि सारिया बस्तियां ही अंग्रेजों द्वारा साडे देश दे विच स्थापित कीतियां गई सी। प्रश्न नंबर 14 में भारत में सब तो पहला पहुंचने वाला कप्तान वास्को डी गामा भारत कदों पहुंचा, भारत कदों पहुंचा, तो इसका सही उत्तर है 27 मई 1498 ईस्वी के जो भारत पहुंचा से। प्रश्न नंबर 15 में अंग्रेजों ने भारत में ईस्ट इंडिया कंपनी की स्थापना कदों की थी, अंग्रेजों ने भारत में ईस्ट इंडिया कंपनी की स्थापना कदों की, सही उत्तर रहेगा 31 दिसंबर 1600 ईस्वी के जिहड़ा अंग्रेजों ने भारत के ईस्ट इंडिया कंपनी की स्थापना की। प्रश्न नंबर 16 के है जी अंग्रेजों ने मद्रास चेन्नई विखे अपनी बस्ती कदों स्थापित की, हुण मद्रास के कदों स्थापित की, इसका सही उत्तर है जी 1640 ईस्वी के जी मद्रास के उन्होंने अपनी जी बस्ती है वह स्थापित की। प्रश्न नंबर 17 में अंग्रेजों ने मद्रास चेन्नई विखे किहड़े किले की किस किले की स्थापना की, तो फोर्ट विलियम नाँ के किले की उन्होंने स्थापना की थी जी। प्रश्न नंबर 18 में 1717 ईस्वी में ईस्ट इंडिया कंपनी ने मुगल बादशाह फरूक शेयर तो, हम यह भी ध्यान रखना कि 1717 ईस्वी के समय दौरान जिहड़ा भारत का मुगल बादशाह कौन सीगा, फरूक शेयर तो बंगाल, बिहार और उड़ीसा दैश के बदले बिना चुंगी कर दिते व्यापार करने का अधिकार मिल गया, जैसे कि किन्ने रुपए सालाना कर के बदले उन्होंने जोड़ा है अधिकार मिलिया, तो इसका सही उत्तर है 3000 रुपए सालाना कर के बदले उन्होंने जोड़ा बंगाल, बिहार और उड़ीसा के बिना चुंगी कर दिते व्यापार करने का अधिकार मिल गया। प्रश्न नंबर 19 के फ्रांसिसियां ने भारत में अपनी व्यापारक ईस्ट इंडिया कंपनी की स्थापना कदों की, हुण फ्रांसिसियां ने कदों की, तो 1664 ईस्वी के होएगा जी इसका सही उत्तर। प्रश्न नंबर 20 में डैश से डैश फ्रांसीसी गवर्नर की अगवाई हेठ फ्रांसीसी ईस्ट इंडिया कंपनी की बड़ी उन्नति हुई, तो जान जॉर्ज डूना लिखे डूमा है शायद, डूमा डुपले, मुजफ्फर जंग, सलाबत जंग, कोई नहीं, तो ऐसा सही तरीका डूमा तो डुपले के शासनकाल के दौरान जोड़ा फ्रांसीसी गवर्नर की अगवाई हेठ फ्रांस ईस्ट इंडिया कंपनी की बहुत ज़्यादा जी फ्रांसीसी ईस्ट इंडिया कंपनी थी उसकी बहुत ज़्यादा उन्नति हुई। अंग्रेजों के फ्रांसीसियों विचकार पहला कर्नाटक युद्ध कदों होया, 1746 तो 1748 ईस्वी के जोड़ा पहला कर्नाटक युद्ध युद्ध जोड़ा अंग्रेजों के फ्रांसीसियों के विचकार होया। प्रश्न नंबर 22 में जी हैदराबाद के निजाम आसिफ शाह की मौत कदों हुई, आसिफ शाह की मौत कदों हुई, तो इसका सही उत्तर है 1748 ईस्वी के जोड़ा हैदराबाद के निजाम आसिफ शाह की मौत हुई सी जी। प्रश्न नंबर 22-23 के यूरोप में अंग्रेजों के फ्रांसीसियों में पैरिस की संधि कदों हुई, तो इसका सही उत्तर है जी 1763 ईस्वी के जी पैरिस की संधि हुई यूरोप के अंग्रेजों के फ्रांसीसियों विचकार। प्रश्न नंबर 24 में नवाब सिराजुद्दौला बंगाल का नवाब कदों बनया, तो इसका सही उत्तर जी 1756 ईस्वी के जोड़ा नवाब सिराजुद्दौला नवाब का बंगाल का नवाब बनया। प्रश्न नंबर 25 में जी प्लासी की लड़ाई कदों हुई, तो इसका सही उत्तर रहेगा जी ये सारे ऑप्शनों के 23 जून 1757 ईस्वी के जी प्लासी की लड़ाई हुई, प्लासी की लड़ाई किन्ना विचकार हुई, अगला प्रश्न है जी हुण किस किस के विचकार हुई, 23 जून 1757 ईस्वी में जो प्लासी की लड़ाई हुई किस किस के विचकार हुई, तो इसका सही उत्तर रहेगा जी सिराजुद्दौला और रॉबर्ट क्लाइव के विचकार। प्रश्न नंबर 27 में बक्सर की लड़ाई कदों हुई जी, तो इसका सही उत्तर रहेगा जी 23 अक्टूबर 1764 ईस्वी में, आसानी से याद रख सकते हो 23 अक्टूबर है ये और उपर वाला जो पढ़िया 23 जून है, ठीक है जी ये 1764 ईस्वी के। प्रश्न नंबर 28 में बंगाल में दोहरी शासन प्रणाली का अंत कदों होया, बंगाल के दोहरी शासन प्रणाली का अंत कदों होया, तो इसका सही उत्तर है 1772 ईस्वी 1772 ईस्वी जी बंगाल के दोहरी शासन प्रणाली से उसका अंत होया। प्रश्न नंबर 29 है जी लॉर्ड हेस्टिंग्स के समय राजस्थान कितनी रियासतों ने अंग्रेजों की अधीनता मन ली सी, तो इसका सही उत्तर है जी 19 रियासतां जो राजस्थान उन्होंने अंग्रेजों की अधीनता लॉर्ड हेस्टिंग के समय मन ली सी। प्रश्न नंबर 30 के अंग्रेजी साम्राज्य के विस्तार लई गवर्नर जनरल डलहौजी ने किहड़े किहड़े ढंग अपनाए, यानी कि अंग्रेजी राज के विस्तार के लिए जब अंग्रेजों ने अपना जिहड़ा सिकंजा भारत उपर चंगी तरह कस लिया, तो फिर उन्होंने अपना जिहड़ा विस्तार करना शुरू किया, साम्राज्यवाद अपना वधाउणा शुरू किया, हरेक छोटे मोटे राज नूं अपने कंपनी के अधीन करना शुरू किया, तो उस दे विच उसने जित्तां द्वारा लैप्स की नीति द्वारा भैड़े शासन प्रबंध के आधार पर खिताब के पेंशन के बंद करके ये उपरोगत सारे ढंग अपना के ही उन्हें अंग्रेजी राज के विस्तार अंग्रेजी साम्राज के विस्तार लई ढंग अपनाए से ये सारे ही उसने, इसी तरह तुसी इस दी रिविजन करनी और अभ्यास टेस्ट कमेंट बॉक्स के जाके तुसी सारे ने जरूर करना, रात 8 बजे ठीक ओपन होएगा, तो सवेरे 8 बजे तक वो ओपन रहेगा। आप सब का समय शुभ होवे, धन्यवाद जी सारे का।